ਸਭ ਤੋਂ ਪਹਿਲਾਂ ਆਏ ਹੋਏ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੇਰਾ ਨਾਮ ਮਲਕੀਤ ਸਿੰਘ ਗੰਬਰਦਾਰ, ਪਿੰਡ ਨਿੱਜਰਾਂ, ਜ਼ਿਲ੍ਹਾ ਜਲੰਧਰ ਦਾ ਮੈਂ ਵਸਨੀਕ। ਮੈਂ ਨੰਬਰਦਾਰ ਹੋਣ ਦੇ ਨਾਤੇ ਆਪਣੇ ਅਧਿਕਾਰਾਂ ਨੂੰ ਸਮਝਦਾ ਹਾਂ। ਜੋ ਵੀ ਸਾਨੂੰ ਗਵਰਨਮੈਂਟ ਵੱਲੋਂ ਅਧਿਕਾਰ ਮਿਲਦੇ ਆ ਉਹਨਾਂ 'ਤੇ ਪੂਰਾ ਹਾਂ, ਔਰ ਉਹਨਾਂ ਦੇ ਆਧਾਰ 'ਤੇ ਅਸੀਂ ਆਪਣੇ ਜੋ ਸਾਡੇ ਕੰਮ ਆ ਉਹ ਅਸੀਂ ਕਰਦਾ ਹਾਂ। ਜਿਵੇਂ ਕਿ ਲੰਬੜਦਾਰ ਦੇ ਕਰਤ ਹਨ ਕਿ ਪਿੰਡ ਦੇ ਵਿੱਚ ਕਿਸੇ ਵੀ ਵਿਅਕਤੀ ਨੇ ਜ਼ਮੀਨ ਵੇਚਣੀ ਖਰੀਦਣੀ ਆ ਜਾਂ ਕੋਈ ਪਲਾਟ ਵੇਚਣਾ ਖਰੀਦਣਾ ਆ, ਕੋਈ ਘਰ ਆ, ਉਹਨਾਂ ਨੂੰ ਅਸੀਂ ਸਹੀ ਤਰੀਕੇ ਦੇ ਨਾਲ ਤਸਦੀਕ ਕਰਨਾ ਆ। ਲੰਬੜਦਾਰ ਦਾ ਫਰਜ਼ ਬਣਦਾ ਕਿ ਕੋਈ ਗਲਤ ਰਜਿਸਟਰੀ ਨਾ ਹੋਵੇ, ਕੋਈ ਗਲਤ ਜਗ੍ਹਾ ਕਿਸੇ ਦੀ ਕੋਈ ਵੇਚੇ ਨਾ। ਸੋ ਮੈਂ ਦੂਜੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਕੋਈ ਗਲਤ ਕੰਮ ਕਰਦਾ ਆ ਉਹਨੂੰ ਗਲਤ ਨਾ ਕਰੋ, ਹੈ ਨਾ। ਅਤੇ ਦੂਜਾ ਸਾਡਾ ਅਧਿਕਾਰ ਹੈਗਾ ਜਿਵੇਂ ਕਿ ਕਿਸੇ ਦੀ ਕੋਰਟ ਮੈਰਿਜ ਹੁੰਦੀ ਆ ਉਹਨੂੰ ਤਸਦੀਕ ਕਰਨਾ, ਅਤੇ ਹੋਰ ਜੋ ਵੀ ਪਿੰਡਾਂ ਦੇ ਵਿੱਚ ਆਮ ਕੰਮ ਹਨ ਜਿਵੇਂ ਕਿ ਹਾਲਾ ਗੌਰਮੈਂਟ ਨੇ ਹੁਣ ਤੋਂ ਮਾਫ਼ ਕੀਤਾ ਆ, ਪਹਿਲਾਂ ਤੋਂ ਅਸੀਂ ਹਾਲਾ ਵੀ ਇਕੱਠਾ ਕਰਕੇ ਜਮ੍ਹਾਂ ਕਰਾਉਂਦੇ ਹਾਂ, ਅਤੇ ਚੁੱਲ੍ਹਾ ਟੈਕਸ ਹੁੰਦਾ ਆ ਜਾਂ ਚੌਂਕੀਦਾਰਾ ਹੁੰਦਾ ਆ ਉਹ ਵੀ ਅਸੀਂ ਇਕੱਠਾ ਕਰਕੇ ਜਮ੍ਹਾਂ ਕਰਾਉਣਾ ਇੱਕ ਲੰਬੜਦਾਰ ਦਾ ਫਰਜ਼। ਦੂਜੀ ਗੱਲ ਹੈ ਲੰਬੜਦਾਰ ਜਿਹੜਾ ਆ ਉਹ ਆਰਥਿਕ ਪੱਖੋਂ ਵੀ ਵਧੀਆ ਹੋਣਾ ਚਾਹੀਦਾ ਆ, ਔਰ ਉਸਦੇ ਕੋਲ ਪਿੰਡ ਦੇ ਵਿੱਚ 24 ਘੰਟੇ ਉਹਨੂੰ ਟਾਈਮ ਹੋਣਾ ਚਾਹੀਦਾ ਆ। ਕੋਈ ਵੀ ਬੰਦਾ ਕੋਈ ਵੀ ਅਫਸਰ ਮੁਲਾਜ਼ਮ ਆਉਂਦਾ ਆ ਉਹਦੇ ਵਾਸਤੇ ਉਹਦੇ ਕੋਲ ਟਾਈਮ ਹੋਣਾ ਲਾਜ਼ਮੀ ਆ, ਔਰ ਪਿੰਡ ਦੇ ਵਿੱਚ ਰਹਿਣਾ ਉਹਦੇ ਲਈ ਉਹਦੀ ਡਿਊਟੀ ਬਣਦੀ ਆ ਕਿ ਉਹ ਪਿੰਡ ਦੇ ਵਿੱਚ ਰਹੇ ਔਰ ਪਿੰਡ ਦੇ ਕੰਮ ਕਰੇ। ਹੋਰ ਸਾਡੇ ਪਿੰਡ ਦਾ ਜੋ ਰਕਬਾ ਆ ਉਹ ਵੀ ਹੈਗਾ, ਵਾਹੀ ਯੋਗ ਜ਼ਮੀਨ ਉਹ ਵਧੀਆ ਆ। ਪਿੰਡ ਦੀ ਪੰਚਾਇਤ ਕੋਲ 20 ਖੇਤ ਹੈ, 20 ਦੇ ਵਿੱਚੋਂ ਅਸੀਂ 4 ਕਨਾਲੀ ਥਾਂ ਜਿਹੜਾ ਆ ਉਹ ਪੰਚਾਇਤ ਨੇ ਪਹਿਲਾਂ ਹੀ ਸਾਡੇ ਜਿਹੜੇ ਛੋਟੇ ਭਰਾ ਆ ਵਾਲਮੀਕ ਵੀਰਾਂ ਨੂੰ ਕਲੋਨੀ ਦੇ ਰੂਪ 'ਚ ਦਿੱਤਾ ਗਿਆ ਆ, ਔਰ ਤਕਰੀਬਨ 1.5 ਖੇਤ ਦਾ ਆਈਡੀਆ ਇੱਥੇ ਸਟੇਡੀਅਮ ਹੈ, ਅਤੇ ਬਾਕੀ ਜਿਹੜੀ ਜੀ ਜ਼ਮੀਨ ਬਚਦੀ ਆ ਉਹ ਉਪਜਾਊ ਜ਼ਮੀਨ ਆ, 1-2 ਸਾਲ ਬਾਅਦ ਉਹ ਠੇਕੇ 'ਤੇ ਲੀਜ਼ ਦਿੱਤੀ ਜਾਂਦੀ ਹੈ। ਉਹਦੇ ਨਾਲ ਜੋ ਪੈਸਾ ਸਾਨੂੰ ਗੌਰਮੈਂਟ ਵੱਲੋਂ ਵੀ ਆਉਂਦਾ ਇੱਧਰੋਂ ਵੀ ਆਉਂਦਾ ਅਸੀਂ ਪਿੰਡ ਦੀ ਡਿਵੈਲਪਮੈਂਟ 'ਤੇ ਲਾਉਂਦੇ ਹਾਂ। ਬਾਕੀ ਗੱਲ ਹੈ ਵੀ ਲੰਬੜਦਾਰ ਦੇ ਜੋ ਫਰਜ਼ ਬਣਦੇ ਆ, ਜਿਹੜੀ ਸਰਕਾਰੀ ਪ੍ਰੋਪਰਟੀ ਆ ਕੋਈ ਵੀ ਸਰਕਾਰੀ ਜ਼ਮੀਨ ਹੈ ਉਹਦਾ ਨਿਗਾਹਬੰਦੀ ਰੱਖਣੀ ਆ ਕਿ ਉਹਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਕੋਈ ਉਹਦੇ 'ਤੇ ਗਲਤ ਵਰਤੋਂ ਨਾ ਕੀਤੀ ਜਾਵੇ, ਉਹ ਫਿਰ ਜਾ ਕੇ ਇਨਫੋਰਮੇਸ਼ਨ ਸਾਨੂੰ ਦੇਣੀ ਪੈਂਦੀ ਆ। ਬਾਕੀ ਜੋ ਲੰਬੜਦਾਰ ਹੁੰਦਾ ਹੈ ਇਹ ਪਿੰਡ ਦੇ ਵਿੱਚ ਇੱਜ਼ਤ ਮਾਣ ਕਰਨ ਵਾਲਾ ਬੰਦਾ ਹੋਵੇ, ਲੋਕਾਂ ਦੇ ਨਾਲ ਸਹੀ ਤਰੀਕੇ ਦੇ ਨਾਲ ਚੱਲੇ ਤਾਂ ਹੀ ਲੋਕ ਸਤਿਕਾਰ ਕਰਦੇ। ਨੌਜਵਾਨ ਪੀੜ੍ਹੀ ਨੂੰ ਮੈਂ ਆਪਣੇ ਵੱਲੋਂ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ, ਐਜੂਕੇਸ਼ਨ ਨੂੰ ਜ਼ਿਆਦਾ ਤਰਨ, ਕਿਉਂਕਿ ਜੇਕਰ ਐਜੂਕੇਸ਼ਨ ਹੋਊਗੀ ਸਾਡਾ ਦੇਸ਼ ਉਹਦੇ ਨਾਲ ਖੁਸ਼ਹਾਲ ਹੋਊਗਾ, ਅੱਗੇ ਚੱਲੂਗਾ। ਜੇਕਰ ਨੌਜਵਾਨ ਪੀੜ੍ਹੀ ਨਸ਼ਿਆਂ ਦੇ ਵਿੱਚ ਤੁਰ ਪਈ ਤਾਂ ਫਿਰ ਸਮਝ ਲਓ ਵੀ ਘਰ ਕੀ ਤਾਂ ਮੁਲਖ ਵੀ ਬਰਬਾਦ ਹੋ ਜਾਂਦਾ ਆ। ਸੋ ਮੇਰਾ ਤਾਂ ਇਹੀ ਸੰਦੇਸ਼ ਆ ਨੌਜਵਾਨ ਬੱਚਿਆਂ ਨੂੰ
ਅਤੇ ਬੱਚਿਓ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਦੂਰ ਰਹੋ, ਖੇਡਾਂ ਨੂੰ ਤਰਜੀਹ ਦਿਓ, ਆਪਣਾ ਜੀਵਨ ਬਣਾਓ, ਪੜ੍ਹੋ ਅਤੇ ਪੜ੍ਹ ਕੇ ਵਧੀਆ ਦੇਸ਼ ਦੇ ਨਾਗਰਿਕ ਬਣੋ।